ਸ਼ਿਕਾਲ ਦੋਸਤੋ ਕੀ ਹਾਲ ਚਾਲ ਆ ਤੇ ਇੱਕ ਹੋਰ ਬਹੁਤ ਹੀ ਘੈਂਟ ਅਪਡੇਟ ਆਪਾਂ ਤੁਹਾਡੇ ਸਾਰਿਆਂ ਦੇ ਭਰਾਵਾਂ ਦੀ ਡਿਮਾਂਡ ਤੇ ਲੈ ਕੇ ਆ ਗਏ ਜੀ ਤੇ ਕੂਨਰ ਭਰਾ ਦਾ ਅਰਜਨ 605 ਤੇ ਉਹਦੀ ਪੂਰੀ ਡਿਟੇਲ ਦਵਾਂਗੇ ਕੀ ਮੋਡੀਫਿਕੇਸ਼ਨ ਹੋਈ ਆ ਪੂਰੀ ਗੱਲਬਾਤ ਭਰਾ ਦੇ ਨਾਲ ਕਰਾਂਗੇ ਤੇ ਬਾਕੀ ਭਰਾ ਦਾ ਟਰੈਕਟਰ ਤੁਹਾਨੂੰ ਪਤਾ ਸ਼ੁਰੂ ਤੋਂ ਟ੍ਰੈਂਡਿੰਗ ਦੇ ਵਿੱਚ ਹੀ ਰਿਹਾ ਤੇ ਮਤਲਬ ਆਪਣੇ ਜੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਬਾਈ ਨੇ ਸ਼ੁਰੂ ਕੀਤਾ ਇਹ ਸਿਸਟਮ ਜਿਹੜਾ ਮਸ਼ਹੂਰ ਹੋਇਆ ਸੀ ਭਾਈ ਹਨਾ ਸਹੀ ਗੱਲ ਆ ਨਾ ਵੀਰੇ ਕਿਉਂਕਿ ਬਹੁਤ ਟਾਈਮ ਪਹਿਲਾਂ ਤੋਂ ਬਾਈ ਜਿੱਦਾਂ ਮਤਲਬ ਵਧੀਆ ਵਧੀਆ ਸਿਸਟਮ ਲਾਉਂਦਾ ਰਿਹਾ ਅਤੇ ਡਿਜ਼ਾਈਨਿੰਗ ਵਗੈਰਾ ਵੀ ਅਤੇ ਖਾਸ ਕਰਕੇ ਜਿਹੜਾ ਬਾਈ ਆਪਣਾ ਆਟੋਲੈਂਡ ਵਾਲੇ ਕਮਲ ਭਾਜੀ ਹੋਣੀ ਆ ਉਹਨਾਂ ਨੇ ਸਭ ਤੋਂ ਜ਼ਿਆਦਾ ਮਿਹਨਤ ਇਹ ਟਰੈਕਟਰ 'ਤੇ ਸਭ ਤੋਂ ਪਹਿਲਾਂ ਕੀਤੀ ਸੀ ਹਨਾ ਅਤੇ ਬਹੁਤ ਘੈਂਟ ਟਰੈਕਟਰ ਤਿਆਰ ਕੀਤਾ ਸੀ ਉਦੋਂ ਵੀ ਅਤੇ ਬਾਕੀ ਟਾਈਮ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਚੇਂਜ ਹੋਈ ਗਿਆ ਮੋਡੀਫਿਕੇਸ਼ਨ ਉੱਦਾਂ ਉੱਦਾਂ ਵਧੀ ਗਈ ਅਤੇ ਪੂਰੀ ਟਰੈਕਟਰ ਦੀ ਆਪਾਂ ਜਿਹੜੀ ਡਿਟੇਲ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਭਰਾ ਦੇ ਨਾਲ ਵੀ ਗੱਲਬਾਤ ਕਰਾਂਗੇ ਪੂਰੀ ਅਤੇ ਬਾਕੀ ਵੀਡੀਓ ਘੈਂਟ ਲੱਗੀ ਤਾਂ ਲਾਈਕ ਸ਼ੇਅਰ ਜਿਹੜਾ ਕਮੈਂਟ ਜ਼ਰੂਰ ਕਰਨਾ ਮੇਰੇ ਵੀਰਾਂ ਨੇ ਅਤੇ ਬਾਕੀ ਚੈਨਲ ਵਧੀਆ ਲੱਗਾ ਹੋਵੇ ਅਤੇ ਜ਼ਰੂਰ ਜਾ ਕੇ ਸਬਸਕ੍ਰਾਈਬ ਕਰੋ ਅਗਰ ਨਹੀਂ ਕੀਤਾ ਅਤੇ ਆਓ ਭਰਾ ਦੇ ਨਾਲ ਕਰਦੇ ਗੱਲਬਾਤ ਪੂਰੀ ਡਿਟੇਲ ਸ਼ੇਅਰ ਕਰਦੇ ਅਤੇ ਦਲਜੀਤ ਵੀਰੇ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਆਪਣਾ ਪੂਰਾ ਨਾਮ ਦੱਸ ਦਿਓ ਵੈਸੇ ਤਾਂ ਆਪਾਂ ਕੂਨਰ ਦੇ ਨਾਮ ਤੋਂ ਹੀ ਸਭ ਤੋਂ ਜ਼ਿਆਦਾ ਮਸ਼ਹੂਰ ਹਾਂ ਦਲਜੀਤ ਸਿੰਘ ਕੂਨਰ ਬਾਈ ਠੀਕ ਆ ਅਤੇ ਆਪਣਾ ਕਿਹੜਾ ਏਰੀਆ ਪੈ ਜਾਂਦਾ ਆਪਣਾ ਬਾਈ ਨਵਾਂ ਸ਼ਹਿਰ ਬੰਗਾ ਠੀਕ ਆ ਨਵੇਂ ਸ਼ਹਿਰ ਦੇ ਨੇੜੇ ਹੀ ਆ ਪਿੰਡ ਮੇਨ ਰੋਡ ਤੋਂ ਥੋੜ੍ਹਾ ਜਿਹਾ ਉੱਤਰ ਗਿਆ ਸਾਈਡ ਨੂੰ ਹਨਾ ਠੀਕ ਆ ਵੀਰੇ ਅਤੇ ਬਾਕੀ ਹੁਣ ਆਪਾਂ ਟਰੈਕਟਰ ਦੀ ਜਿਹੜੀ ਮੋਡੀਫਿਕੇਸ਼ਨ ਆ ਉਹਦੀ ਗੱਲਬਾਤ ਪੂਰੀ ਸਟਾਰਟ ਕਰਦੇ ਹਾਂ ਅਤੇ ਵੀਰੇ ਸਭ ਤੋਂ ਪਹਿਲਾਂ ਇਹਦਾ ਮਾਡਲ ਦੱਸ ਦਿਓ ਕਿੰਨਾ ਮਾਡਲ ਆ ਇਹ ਵੀਰ ਪੰਜ ਮਾਡਲ ਆ ਪੰਜ ਮਾਡਲ ਆ ਅਤੇ ਮਤਲਬ ਜਿਹੜਾ ਆਪਾਂ ਬਲੈਕ ਕਰਵਾਇਆ ਸੀਗਾ ਇਹ ਪਹਿਲਾਂ ਹੀ ਉਦੋਂ ਹੀ ਕਰਵਾ ਲਿਆ ਜਦੋਂ ਮੋਡੀਫਿਕੇਸ਼ਨ ਸਟਾਰਟ ਕੀਤੀ ਜਿੱਦਾਂ ਵੀ ਮਤਲਬ ਰੰਗ ਕਰਵਾਇਆ ਸੀ ਜਾਂ ਟੇਪ ਕਰਵਾਈ ਸੀ ਸਭ ਤੋਂ ਪਹਿਲਾਂ ਭਾਈ ਆਪਾਂ ਸਭ ਤੋਂ ਪਹਿਲਾਂ ਟੇਪ ਕਰਾਈ ਸੀ ਟੇਪ ਕਰਵਾਈ ਸੀ ਨਾ ਪਹਿਲਾਂ ਬਲੈਕ 14-13 ਦੀ ਠੀਕ ਆ ਅਤੇ ਮਤਲਬ ਉਦੋਂ ਤੋਂ ਹੀ ਜਿਹੜਾ ਬਲੈਕ ਹੀ ਚੱਲਦਾ ਆ ਰਿਹਾ ਉਦੋਂ ਮਗਰੋਂ ਜਿੰਨੀ ਮੋਡੀਫਿਕੇਸ਼ਨ ਹੋਈ ਆ ਬਲੈਕ ਦੇ ਵਿੱਚ ਹੁਣ ਇਹ ਕਲਰ ਹੁਣ ਕਲਰ ਹੁਣ ਕਲਰ ਆ ਨਾ ਠੀਕ ਹੈ 2 ਸਾਲ ਬਾਅਦ ਇਹ ਕਲਰ ਕਰਾਤਾ ਸੀ ਠੀਕ ਹੈ ਵੀਰੇ ਅਤੇ ਕਿਉਂਕਿ ਇਦਾਂ ਆ ਟੇਪ ਫਿਰ ਵੀ ਕਿਤੇ ਨਾ ਕਿਤੇ ਸਕਰੈਚ ਲੱਗ ਗਿਆ ਖਰਾਬ ਹੋਣ ਦਾ ਪੰਗਾ ਰਹਿੰਦਾ ਉਹਦੇ ਵਿੱਚ ਹਨਾ ਠੀਕ ਹੈ ਵੀਰੇ ਅਤੇ ਬਾਕੀ ਹੁਣ ਆਪਾਂ ਬੰਪਰ ਦੀ ਗੱਲਬਾਤ ਕਰਦੇ ਹਾਂ ਕਿੰਨੀ ਲੈਂਥ ਆ ਵੀਰੇ ਇਹਦੀ ਵੀਰੇ 38 ਇੰਚ ਹੈ ਜੀ ਠੀਕ ਆ ਅਤੇ ਮੈਟ ਦੇ ਵਿੱਚ ਹੀ ਤਿਆਰ ਕੀਤਾ ਹੋਇਆ ਹੈ ਨਾ ਕਿਉਂਕਿ ਜਿਹੜਾ ਆਪਾਂ ਬੋਡੀ ਕਲਰ ਆ ਉਹ ਵੀ ਮੈਟ ਦੇ ਵਿੱਚ ਹੀ ਰੱਖਿਆ ਸੀਗਾ ਤੇ ਇਹ ਫਿਰ ਸ਼ਾਈਨ ਜਿਹੜੀ ਚੰਗੀ ਨਹੀਂ ਲੱਗਣੀ ਜਿਹੜੀ ਕੀਤਾ ਹੋਇਆ ਸ਼ਾਈਨ ਦੇ ਵਿੱਚ ਤੇ ਫਰੰਟ ਸਾਈਡ ਤੇ ਜਿਹੜੀ ਕੂਨਰ ਦੀ ਬੈਚਿੰਗ ਇਹ ਲਾਈਟਿੰਗ ਵਾਲੀ ਇਹ ਲਾਈਟਿੰਗ ਸਿੰਗਲ ਵਾਲੀ ਆ ਜਾਂ ਮਤਲਬ ਸਿੰਗਲ ਵਾਲੀ ਵਾਈਟ ਵਾਲੀ ਆ ਹਨਾ ਠੀਕ ਹੈ ਵੀਰੇ ਤੇ ਉਦੋਂ ਥੱਲੇ ਪੁਲਿਸ ਲਾਈਟ ਆ ਜਿਹਨੂੰ ਆਪਾਂ ਬਲਿੰਗਰ ਵੀ ਕਹਿ ਦਿੰਦੇ ਆ ਤੇ ਥੱਲੇ ਰੂਟਸ ਦੇ ਹਾਰਨ ਲੱਗੇ ਹੋਏ 4-2 ਜੋੜੀਆਂ ਤੇ ਉਦੋਂ ਥੱਲੇ ਲੱਗਿਆ ਜੀ ਪ੍ਰੈਸ਼ਰ ਹਾਰਨ ਵੀਰੇ ਪ੍ਰੈਸ਼ਰ ਹਾਰਨ ਜਿੱਦਾਂ ਆਪਾਂ ਕਿਹੜਾ ਬ੍ਰਾਂਡ ਬ੍ਰੂਂਡ ਕੋ ਪਤਾ ਵੀ ਅੰਮ੍ਰਿਤਸਰੀ ਜਾਂ ਮਤਲਬ ਪਾਕਿਸਤਾਨੀ ਕਈ ਆਉਂਦੇ ਹਨ ਇਹ ਵੀ ਸਰਹੰਦ ਤੋਂ ਲਵਾਏ ਸੀਗੇ ਆਪਾਂ ਠੀਕ ਆ ਹਾਂਜੀ ਤੇ ਕੀ ਖਰਚਾ ਜਿੱਦਾਂ ਆਪਾਂ ਨੂੰ ਕੰਪਰੈਸ਼ਰ ਕੰਪਰੂਸ਼ਰ ਟੈਂਕ ਪਾ ਕੇ ਆਇਆ ਹੈਗਾ 1500 2000 ਦਾ ਵੀ ਕੰਪਰੈਸ਼ਰ ਆਇਆ ਦਾ 1000 ਕਦੀ ਟੈਂਕੀ ਆਇਆ ਨਹੀਂ ਠੀਕ ਹੈ ਤੇ 3800 ਦੀ ਵੀਪ ਨਹੀਂ ਆਇਆ ਠੀਕ ਹੈ ਵੀਰੇ ਕੋਈ 7-8-10 ਹਜ਼ਾਰ 7-8 ਹਜ਼ਾਰ ਦਾ ਹਨਾ ਠੀਕ ਹੈ ਤੇ ਬਾਕੀ ਇਦਾਂ ਆ ਵੀ ਰੇਟ ਦਾ ਥੋੜਾ ਬਹੁਤਾ ਜਿੱਦਾਂ ਆਪਾਂ ਨੂੰ ਪਤਾ ਹੋਵੇ ਫਿਰ ਆਪਾਂ ਨੂੰ ਉਸ ਹਾਂ ਚੀਜ਼ ਮਿਲ ਜਾਂਦੀ ਹੈ ਜੇ ਮਤਲਬ ਕੋਈ ਅਣਜਾਣ ਬੰਦਾ ਸਿੱਧਾ ਚੱਲ ਜਾਵੇ ਉਹਨੂੰ ਰੇਟ ਜ਼ਿਆਦਾ ਹਨਾ ਜ਼ਿਆਦਾ ਵੀ ਲੱਗ ਜਾਂਦਾ ਰੇਟ ਤੇ ਜਿਹੜੀ ਭਾਜੀ ਪਲੇਟ ਬਣਾਈ ਹੈ ਇਹਦੀ ਕੀ ਕੋਸਟ ਆਈ ਸੀਗੀ ਇਹਦੀ ਭਾਜੀ ਹੋਣੀ ਹੋਈ 1800 ਰੁਪਇਆ ਠੀਕ ਹੈ ਤੇ ਪੂਰੇ ਬੰਪਰ ਵਾਲੀ ਆ ਇਹ ਚੀਜ਼ ਸੋਹਣੀ ਵੀ ਲੱਗਦੀ ਆ ਛੋਟੀਆਂ ਲੱਗੀਆਂ ਹੁੰਦੀਆਂ ਪਹਿਲਾਂ ਜਾਲੀ ਦੇ ਉੱਪਰ ਲੱਗੀਆਂ ਹੁੰਦੀਆਂ ਗਲੇਲੇ ਦੇ ਉੱਥੇ ਇਹਦੇ ਜਚਣੀ ਵੀ ਨਹੀਂ ਸੀਗੀ ਤੇ ਆਹ ਚੀਜ਼ ਪੂਰੀ ਘੈਂਟ ਲੱਗਦੀ ਨਾਲੇ ਮਤਲਬ ਸ਼ੁਰੂ ਤੋਂ ਪਛਾਣ ਰਹੀ ਆ ਟਰੈਕਟਰ ਦੀ ਸ਼ੁਰੂ ਦੇ ਬਈ ਕੁੰਨਰ ਇੱਥੇ ਹਾਂ ਸ਼ੁਰੂ ਤੋਂ ਬੰਪਰ ਤੇ ਹੀ ਰਿਹਾ ਆ ਤੇ ਭਾਜੀ ਇਹ ਮਤਲਬ ਜਿਹੜੀ ਆਪਣੀ ਬੰਪਰ ਦੀ ਕੋਸਟ ਆ ਇਹਦੀ ਕਿੰਨੀ ਕਾਈ ਸੀ ਤੇ ਵਜਨ ਕਿੰਨਾ ਆ ਇਹਦਾ ਇਹ ਭਾਜੀ 16,000 ਵਿੱਚੇ ਪੇਂਟ ਪੂਣ ਕਰਾ ਕੇ ਸਭ ਕੁਝ ਓਕੇ ਤੇ ਵਜਨ ਕਿੰਨਾ ਕੁਇੰਟਲ ਡੇਢ ਕੁਇੰਟਲ ਹੋਣਾ ਭਾਈ 20 ਕਿ 1 ਕੁਇੰਟਲ 20 ਕੁਇੰਟਲ 20 ਕਿਲੋ ਠੀਕ ਹੈ ਵੀਰੇ ਤੇ ਬਾਕੀ ਜਿਹੜੀਆਂ ਹੈਡਲਾਈਟਾਂ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਮੋਡੀਫਿਕੇਸ਼ਨ ਜਿੰਨੀ ਵੀ ਆਪਾਂ ਮਤਲਬ ਵੀਡੀਓ ਦੇ ਵਿੱਚ ਦੱਸ ਲਈਏ ਫਿਰ ਵੀ ਕੋਈ ਨਾ ਕੋਈ ਚੀਜ਼ ਜਿਹੜੀ ਰਹਿ ਜਾਣੀ ਇੰਨੀਆਂ ਚੀਜ਼ਾਂ ਮਤਲਬ ਭਰਾ ਨੇ ਲਾਈਆਂ ਹੋਈਆਂ ਤੇ ਭਾਈ ਜਿਹੜੀਆਂ ਲਾਈਟਾਂ ਆ ਇੱਕ ਤਾਂ DLR ਹੋ ਗਿਆ ਇੱਕ ਜਿਹੜੀ ਵਿੱਚ ਰੈੱਡ ਲਾਈਟ ਜਗਦੀ ਨਾ ਉਹ ਬਹੁਤ ਘੈਂਟ ਲੱਗਦੀ ਇਹਦੇ ਵਿੱਚ ਹਨਾ ਤੇ ਮਤਲਬ ਇਹਦੇ ਕੀ ਕੋਸਟ ਆਪਾਂ ਦੋਨਾਂ ਲਾਈਟਾਂ ਦੀ ਪਈ ਸੀਗੀ ਇਹ ਉਹੀ ਭਾਈ 1200 ਦੀ ਹੋਣੀ ਇੱਕ ਠੀਕ ਹੈ ਠੀਕ ਹੈ ਤੇ ਮਤਲਬ ਇਦਾਂ ਆ ਵੀ ਇਹ ਨਹੀਂਗਾ ਕਿ ਚੀਜ਼ਾਂ ਬਹੁਤ ਮਹਿੰਗੀਆਂ ਲੱਗੀਆਂ ਹੋਈਆਂ ਸਿਰਫ ਮਤਲਬ ਦਿਮਾਗ ਚਾਹੀਦਾ ਥੋੜਾ ਜਿਹਾ ਹਨਾ ਤੇ ਮਤਲਬ ਥੋੜਾ ਜਿਹਾ ਆਪ ਨੂੰ ਬੰਦੇ ਨੌਲੇਜ ਚਾਹੀਦੀ ਆ ਉਹਦੇ ਨਾਲ ਨਾਲ ਹੀ ਦੇਖ ਲਓ ਵੀ ਤੁਹਾਡੇ ਸਾਹਮਣੇ ਆ ਘੈਂਟ ਚੀਜ਼ ਤਿਆਰ ਹੋਈ ਬਈ ਪੂਰੀ ਤੇ ਮਤਲਬ ਬਹੁਤ ਮਸ਼ਹੂਰ ਟਰੇਟਰ ਆ ਸ਼ੁਰੂ ਤੋਂ ਡਿਮਾਂਡ ਰਹੀ ਆ ਇਹ ਚੀਜ਼ ਦੀ ਤੇ ਬਾਕੀ ਆਪਾਂ ਨੂੰ ਕਮੈਂਟ ਬਹੁਤ ਆਉਂਦੇ ਸੀ ਉਹ ਖਾਸ ਕਰਕੇ ਉਹ ਵੀਰਾਂ ਦੇ ਲਈ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਤੇ ਬਾਕੀ ਜਦੋਂ ਮਤਲਬ ਆਪਾਂ ਹੋਲੇ ਮਹੱਲੇ ਤੇ ਗਏ ਸੀ ਉਦੋਂ ਮਗਰੋਂ ਆਪਾਂ ਸਬਵੂਫਰ ਜਿਹੜੇ ਬੈਕ ਸਾਈਡ ਤੇ ਵਧਾਏ ਸੀ ਨਾ ਠੀਕ ਹੈ ਵੀਰੇ ਪੂਰੀ ਗੱਲਬਾਤ ਕਰਾਂਗੇ ਉਹ ਵੀ ਤੇ ਬਾਕੀ ਜਿਹੜੇ ਪਾਰਕਿੰਗ ਲਾਈਟਾਂ ਉਹਨਾਂ ਦੇ ਵਿੱਚ ਵਾਈਟ ਬਲਬ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਤੇ ਜਿਹੜਾ ਮਤਲਬ ਜ਼ਿਆਦਾਤਰ ਬਲੈਕ ਹੀ ਆ ਪੂਰੇ ਦਾ ਪੂਰਾ ਹੁਣ ਪੂਰਾ ਪੇਂਟ ਜਿਹੜਾ ਕੀਤਾ ਹੋਇਆ ਬਲੈਕ ਦੇ ਵਿੱਚ ਕੀਤਾ ਇਹ ਵੀਰੇ ਪੇਂਟ ਦਾ ਕੀ ਖਰਚਾ ਇਹਦਾ ਪੈ ਗਿਆ ਮੈਟ ਦੇ ਵਿੱਚ ਆਪਾਂ ਨੂੰ ਉਹੀ ਬਈ 25-20 ਹਜ਼ਾਰ ਇੰਨਾ ਕੇ ਲੱਗਾ ਵਾ 25-30 ਹਜ਼ਾਰ ਹਰ ਸਾਲ ਕਰਾ ਦੀਦਾ ਠੀਕ ਹੈ ਹਾਂਜੀ ਠੀਕ ਹੈ ਵੀਰੇ ਕਿਉਂਕਿ ਇਦਾਂ ਆ ਵੀ ਕਦੇ ਨਾ ਕਦੇ ਮਾੜਾ ਮੋਟਾ ਸਰੈਜ ਪੈ ਹੀ ਜਾਂਦਾ ਕੰਮ ਕਰਦੇ ਬਈ ਵੱਜੇ ਜਾਂਦੇ ਹਾਂ ਬਾਕੀ ਐ ਆ ਵੀ ਜਦੋਂ ਮਿੱਟੀ ਪਈ ਹੁੰਦੀ ਉੱਤੇ ਕੱਪੜਾ ਵੱਜ ਗਿਆ
ਸੋ ਇਸ ਕਰਕੇ ਜਿਹੜੀ ਇਹਦੀ ਆਵਾਜ਼ ਜਿਹੜੀ ਉਹ ਵੀ ਘੱਟ ਗਈ ਆ। ਬਾਕੀ ਆਪਾਂ ਸਾਊਂਡ ਵੀ ਤੁਹਾਨੂੰ ਲਾਸਟ 'ਤੇ ਚੈੱਕ ਕਰਵਾਵਾਂਗੇ, ਸ਼ੋਰਟ ਆਪਾਂ ਵਿੱਚ ਪਾਈ ਜਾਵਾਂਗੇ ਤੁਹਾਨੂੰ। ਅਤੇ ਵੀਰੇ ਜਿਹੜੇ ਸਪੀਡਵੇਜ਼ ਦਾ ਆਪਾਂ ਬ੍ਰਾਂਡ 'ਚ ਯੂਜ਼ ਕੀਤਾ 2 ਫੁੱਟੇ ਟਾਇਰਾਂ 'ਚ ਨਾ, ਅਤੇ ਨਾਲ ਦੀ ਨਾਲ ਜਿਹੜੇ ਆਪਾਂ ਕਰੋਮ ਦੇ ਵਿੱਚ ਜਿਹੜੇ ਆਪਾਂ ਕਰਵਾਏ ਆ ਰਿਮ, ਹੈ ਨਾ, ਅਤੇ ਇਹਨਾਂ ਦੀ ਕੀ ਕੋਸਟ ਦਾ ਪੈ ਗਈ ਕਰੋਮ ਕਰਵਾਉਣ ਦੀ? 12,000 ਰੁਪਏ ਕਰੋਮ ਦਾ ਲੱਗਦਾ ਦੋਨਾਂ ਦਾ। ਓਕੇ ਹਾਂਜੀ, ਅਤੇ ਪਰ ਉਹਦਾ ਚੀਜ਼ ਜਚਦੀ ਬਹੁਤ, ਕਿਉਂਕਿ ਬਲੈਕ ਆ, ਹੈ ਨਾ, ਬਲੈਕ ਦੇ ਨਾਲ ਜਿਹੜੀ ਕਰੋਮ ਜਚੀ ਬਹੁਤ। ਅਤੇ ਜਿਹੜੇ ਭਾਅ ਜੀ ਸਪੀਡਵੇਜ਼ ਦੇ ਟਾਇਰ ਆ, ਇਹ ਮਤਲਬ ਕਿੰਨੇ ਦੇ ਪਏ ਸੀ? ਇਹ ਭਾਅ ਜੀ ਪੋਏ ਨੂੰ ਤਾਂ ਚੰਗਾ ਟਾਈਮ ਹੋ ਗਿਆ, ਉੱਦਾਂ ਟਾਇਰ ਬਦਲਾ ਦੀਦੇ, ਰਿਮ ਦਾ ਨਹੀਂ ਪਤਾ। ਠੀਕ ਹੈ, ਟਾਇਰ ਉਹੀ ਆਪਣੇ ਹੋਣੇ ਆ 24-26 ਹਜ਼ਾਰ ਦੇ। ਬਾਈ ਦਾ ਐਂ ਹੁੰਦਾ, ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦਾ ਵੀ ਬਾਈ ਥੋੜ੍ਹਾ ਟਾਈਮ ਚਲਾਉਂਦਾ ਟਾਇਰ, ਉਸ ਤੋਂ ਬਾਅਦ ਉਹ ਵੇਚ ਦੇਣੇ, ਹੋਰ ਪਵਾ ਲੈਣੇ ਨਵੇਂ, ਹੈ ਨਾ, ਕਿਉਂਕਿ ਘਸਿਆ ਜਿਹਾ ਜਿਹੜਾ ਟਾਇਰ ਉਹ ਚੰਗਾ ਨਹੀਂ ਲੱਗਦਾ ਪਾਇਆ ਹੋਇਆ, ਅਤੇ ਇੰਨਾ ਸੋਹਣਾ ਟਰੇਟਰ ਹੋਵੇ ਅਤੇ ਟਾਇਰ ਥੋੜ੍ਹਾ ਘਸਿਆ ਲੱਗੇ ਉਹ ਚੰਗੀ ਜੀ ਨਹੀਂ ਲੱਗਦੀ। ਅਤੇ ਬਾਈ ਮਤਲਬ ਕਈ ਵਾਰੀ ਪੇਜ ਵਗੈਰਾ 'ਤੇ ਪਾ ਵੀ ਦਿੰਦਾ ਦਾ ਸੇਲ 'ਤੇ, ਜੇ ਕਿਸੇ ਵੀਰ ਨੂੰ ਚਾਹੀਦੇ ਹੋਣ ਤਾਂ ਤੁਸੀਂ ਬਾਈ ਨਾਲ ਇਹ ਵੀ ਕੰਟੈਕਟ ਕਰ ਸਕਦੇ ਆ। ਅਤੇ ਬੈਟਰੀ ਵਾਲੀ ਪਲੇਸਮੈਂਟ ਜਿਹੜੀ ਬਾਹਰਲੀ ਸਾਈਡ 'ਤੇ ਵੀਰੇ, ਜਿੱਦਾਂ ਹੁਣ ਸਿਸਟਮ ਆਪਾਂ ਲਾਈਕ ਨੇ 18 ਸਬਵੂਫਰ ਲੱਗੇ ਆ, ਹਾਂਜੀ, ਅਤੇ ਮਤਲਬ ਆਪਾਂ ਕੀ ਚੇਂਜ ਕੀਤਾ ਕਰੰਟ ਦੇ ਲਈ? ਭਾਅ ਜੀ 3 ਬੈਟਰੀਆਂ ਆ। ਓਕੇ, ਅਤੇ ਇੱਕ ਆਪਣੇ 140 ਐਂਪੀਅਰ ਦਾ ਅਲਟਰਨੇਟਰ ਆ, ਅਤੇ ਇੱਕ ਆਪਣੇ 160 ਦਾ। ਠੀਕ ਆ, ਕਿਉਂਕਿ ਐਂ ਹੋ ਜਾਂਦਾ ਵੀ ਜੇ ਆਪਾਂ ਸਿਸਟਮ ਵਧੀਆ ਲਾਈਏ ਆਪਾਂ ਨੂੰ ਕਰੰਟ ਵੀ ਪੂਰਾ ਚਾਹੀਦਾ, ਜੇ ਆਪਣੇ ਕੋਲ ਕਰੰਟ ਹੈ ਨਹੀਂ ਫਿਰ ਉਹ ਸੁਣਨ ਦਾ ਮਜ਼ਾ ਵੀ ਨਹੀਂ ਆਉਣਾ, ਹੈ ਨਾ, ਇਹ ਬਹੁਤ ਮਤਲਬ ਪੰਗਾ ਰਹਿੰਦਾ ਵੀ ਜ਼ਰੂਰੀ, ਮਤਲਬ ਮੇਨ ਚੀਜ਼ ਜਿਹੜੀ ਹੁੰਦੀ ਆ ਕਰੰਟ ਸਿਸਟਮ, ਉਦੋਂ ਬਾਅਦ ਦੀਆਂ ਗੱਲਾਂ, ਪਹਿਲਾਂ ਤੁਸੀਂ ਕਰੰਟ ਪੂਰਾ ਕਰੋ। ਅਤੇ ਇੱਕ ਬੈਟਰੀ ਦੀ ਪਲੇਸਮੈਂਟ ਇੱਧਰ ਵੀਰੇ, ਬਾਕੀ ਦੋ ਇੱਕ ਭਾਈ ਮੋਹਰੇ ਆ। ਓਕੇ, ਅਤੇ ਇੱਕ ਉੱਧਰ ਫੁੱਟਰੈਸਟ ਤੇ, ਇੱਕ ਆਪਾਂ ਪਰਲੀ ਸਾਈਡ ਤੇ ਤੁਹਾਨੂੰ ਦਿਖਾ ਦਿੰਦੇ, ਇੱਧਰ ਵੀ ਦੇ ਸਕਦੇ। ਅਤੇ ਇਹ ਕਿੰਨੇ ਕਿੰਨੇ ਐਂਪੀਅਰ ਵਾਲੀਆਂ ਹੋਣਗੀਆਂ ਵੀਰੇ? 105 ਐਂਪੀਅਰ ਦੀਆਂ ਬਈ ਸਾਰੀਆਂ। ਓਕੇ, 105 ਵਾਲੀਆਂ, ਅਤੇ 3 ਬੈਟਰੀਆਂ ਅਤੇ 2 ਅਲਟੀਨੇਟਰ? 2 ਅਲਟੀਨੇਟਰ ਆ, ਹੈ ਨਾ, ਕਿਉਂਕਿ ਕਰੰਟ ਜਿਹੜਾ ਮੇਨ ਚੀਜ਼ ਸਾਰਾ ਕਰੰਟ ਦਾ ਹੀ ਆ ਰੌਲਾ। ਅਤੇ ਜੇ ਮਤਲਬ ਸਿਸਟਮ ਤੋਂ ਹੀ ਘੈਂਟ ਸੁਣਨਾ ਵੀ ਚਾਹੋਗੇ ਨਾ, ਤਾਂ ਉਹਦਾ ਮਜ਼ਾ ਤੁਹਾਨੂੰ ਤਾਂ ਹੀ ਆਉਣਾ ਜੇ ਕਰੰਟ ਪੂਰਾ ਹੋਊਗਾ, ਕਿਉਂਕਿ ਜੇ ਕਰੰਟ ਨਹੀਂ ਪੂਰਾ ਹੋਊਗਾ ਫਿਰ ਜਾਂ ਬੂਫਰ ਫੜਕ ਫੜਕ ਕਰੀ ਜਾਊਗਾ, ਬੇਸ ਦੀ ਕੁਆਲਿਟੀ ਨਹੀਂ ਆਉਣੀ, ਹੈ ਨਾ, ਅਤੇ ਜਾਂ ਮਤਲਬ ਇੱਦਾਂ ਆ ਵੀ ਕੋਈ ਨਾ ਕੋਈ ਪ੍ਰੋਬਲਮ ਆਈ ਰਹਿੰਦੀ ਜਾਂ ਮੋਨੋ ਸੜ ਗਿਆ ਜਾਂ ਕੁਛ ਵੀ ਹੋ ਗਿਆ, ਕਰੰਟ ਦਾ ਮੇਨ ਚੱਕਰ ਹੀ ਹੁੰਦਾ ਸਾਰਾ। ਅਤੇ ਜਿਹੜਾ ਐਗਜ਼ੋਸਟ ਆ ਉਹ ਜਿਹੜਾ ਗੰਨ ਵਾਲਾ ਪਾਇਆ ਹੋਇਆ ਤੁਸੀਂ ਦੇ ਸਕਦੇ ਆ, ਵਰਕਿੰਗ ਆ ਘੁੰਮਦਾ ਵੀ ਪੂਰਾ। ਠੀਕ ਹੈ ਵੀਰੇ, ਅਤੇ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਜਿੱਦਾਂ ਕਈ ਵੀਰ ਕਹਿੰਦੇ ਬੈਰਿੰਗ ਬੂਰਿੰਗ ਸੜ ਜਾਂਦਾ ਜਾਂ ਟੁੱਟ ਜਾਂਦਾ ਬਾਈ ਬੈਰਿੰਗ? ਓਕੇ, ਹਾਂਜੀ ਟੁੱਟ ਜਾਂਦਾ। ਠੀਕ ਹੈ ਵੀਰੇ, ਠੀਕ ਹੈ, ਅਤੇ ਉੱਪਰਲੀ ਸਾਈਡ 'ਤੇ ਤੁਸੀਂ ਦੇ ਸਕਦੇ ਆ ਸੇਮ ਟੂ ਸੇਮ ਮਾਡਲ ਬਣਾਇਆ ਹੋਇਆ। ਠੀਕ ਹੈ, ਇਹ ਮਤਲਬ ਪਹਿਲਾਂ ਡਿਜ਼ਾਈਨ ਸੀ ਆਪਣਾ? ਹਾਂ ਪਹਿਲਾਂ ਡਿਜ਼ਾਈਨ ਸੀਗਾ। ਉਦੋਂ ਕਿੰਨੇ ਲੱਗੇ ਸੀਗੇ ਵੀਰੇ? ਲੱਗੇ ਸੀਗੇ ਜੀ। ਠੀਕ ਹੈ, ਅਤੇ ਪਹਿਲੇ ਵਾਲੇ ਡਿਜ਼ਾਈਨ 'ਤੇ ਬਣਿਆ ਹੋਇਆ ਦੇ ਸਕਦੇ ਤੁਸੀਂ, ਅਤੇ ਫਰੰਟ ਸਾਈਡ 'ਤੇ ਬੈਜਿੰਗ ਕੂਨਰ ਦੀ। ਇਹ ਵੀਰੇ ਕਿੱਥੋਂ ਬਣਵਾਇਆ ਸੀ ਮਾਡਲ ਜਿਵੇਂ? ਇਹ ਭਾਈ ਫਲੋਰ ਦਾ ਮੁੰਡਾ ਪ੍ਰੀਤ ਆਰਟ ਓਕੇ ਬਣਾਇਆ ਸਰ। ਠੀਕ ਆ, ਅਤੇ ਬਹੁਤ ਘੈਂਟ ਚੀਜ਼ ਬਾਈ, ਜਿੱਦਾਂ ਮਤਲਬ ਵੀ ਆਪਾਂ ਦੇਖਿਆ ਜਾਵੇ ਵੀ ਵੱਡੇ ਟਰੇਟਰ 'ਤੇ ਕੰਮ ਕੀਤਾ ਹੋ ਜਾਂਦਾ ਸੌਖਾ, ਜਿਹੜੀ ਛੋਟੀ ਚੀਜ਼ 'ਤੇ ਮਿਹਨਤ ਵੀ ਬਹੁਤ ਹੁੰਦੀ ਆ ਨਾ, ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ, ਅਤੇ ਇਹਦੀਆਂ ਵਿੱਚ ਜਿਹੜੀ ਮਿਹਨਤ ਵੀ ਬਹੁਤ ਆ, ਅਤੇ ਬਹੁਤ ਸੋਹਣਾ ਭਰਾ ਨੇ ਵੀ ਬਣਾ ਕੇ ਦਿੱਤਾ। ਅਤੇ ਬਾਕੀ ਅਰਜਨ, ਠੀਕ ਆ ਜੀ, ਅਤੇ ਉੱਤੇ ਕਰਾਊਨ 605, ਮੇਨ ਚੀਜ਼ ਮਤਲਬ ਇਸੇ ਚੀਜ਼ ਤੋਂ ਮਸ਼ਹੂਰ ਹੋਇਆ ਭਰਾ ਆਪਣਾ। ਅਤੇ ਬਾਕੀ ਇੰਸਟਾਗ੍ਰਾਮ 'ਤੇ ਤੁਹਾਨੂੰ ਪਤਾ ਹੀ ਆ ਕਿ ਨਵੇਂ ਨਵੇਂ ਅਪਡੇਟ ਜਿਹੜੇ ਤੁਹਾਨੂੰ ਮਿਲਦੇ ਰਹਿਣਗੇ, ਅਤੇ ਬਾਕੀ ਆਪਣੇ ਪੇਜ ਨੂੰ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ, ਉੱਥੇ ਤੁਹਾਨੂੰ ਨਵੀਆਂ ਨਵੀਆਂ ਰੀਲਾਂ ਜਿਹੜੀਆਂ ਦੀਆਂ ਮਿਲ ਜਾਣਗੀਆਂ। ਅਤੇ ਉਸ ਤੋਂ ਬਾਅਦ 'ਚ ਆਪਾਂ ਗੱਲ ਕਰਦੇ ਵੀਰੇ ਸਟੇਅਰਿੰਗ ਦੀ, ਸਟੇਅਰਿੰਗ 'ਚ ਮਤਲਬ ਹੁਣ ਹੀ ਆਪਾਂ ਅਪਡੇਟ ਕੀਤਾ, ਹੈ ਨਾ, ਇਹਦੇ ਵਿੱਚ ਹੋਲੇ ਮਹੱਲੇ 'ਤੇ, ਹੈ ਨਾ, ਅਤੇ ਬਹੁਤ ਸੋਹਣੀ ਚੀਜ਼ ਇਹ ਵੀ ਲੱਗੀ, ਨਾਲੇ ਡਿਫਰੈਂਟ ਹੋ ਗਿਆ। ਇਹਦੀ ਕੀ ਕੋਸਟ ਇੱਦਾਂ ਆਪਾਂ ਨੂੰ ਪਈ ਸੀਗੀ? ਇਹਦੀ ਭਾਅ ਜੀ ਹੋਈ 7-8 ਹਜ਼ਾਰ। ਠੀਕ ਆ, ਅਤੇ ਮਤਲਬ ਆਪਾਂ ਇਹ ਚੀਜ਼ਾਂ ਆਪਾਂ ਹੀ 3 ਬਣਵਾਏ ਸੀ ਸਟੇਅਰਿੰਗ, ਹੈ ਨਾ, 3 ਸਟੇਅਰਿੰਗ ਬਣਵਾਏ ਸੀ ਸੇਮ ਟੂ ਸੇਮ ਆਪਣੇ ਹੀ, ਇੱਕ ਲੱਡੂ ਭਾਈ ਦਾ ਸੀਗਾ। ਠੀਕ ਹੈ, ਅਤੇ ਇੱਕ ਬੱਲੂ ਦਾ ਸੀ। ਠੀਕ ਹੈ ਵੀਰੇ, ਅਤੇ ਮਤਲਬ ਬਹੁਤ ਘੈਂਟ ਚੀਜ਼ ਬਣੀ ਸਟੇਅਰਿੰਗ, ਮਤਲਬ ਡਿਫਰੈਂਟ ਚੀਜ਼ ਹੋ ਗਈ, ਨਾਲੇ ਥੋੜ੍ਹੀ ਜਿਹੀ ਅਲੱਗ ਹੋ ਗਿਆ ਕੰਮ, ਕਿਉਂਕਿ ਚੈਨ ਵਗੈਰਾ ਵਾਲੇ ਮੋਟੀ ਚੈਨ ਛੋਟੇ ਵਾਲੇ ਕੋਈ ਵੀ ਉਹ ਮਤਲਬ ਕਾਫੀ ਵੀਰ ਆਪਣੇ ਜਿਹੜੇ ਪਵਾ ਕੇ ਰੱਖਦੇ ਆ, ਅਤੇ ਇਹ ਥੋੜ੍ਹਾ ਡਿਫਰੈਂਟ ਕੰਮ ਹੋ ਗਿਆ ਇਹਦੇ ਨਾਲ ਨਾਲ। ਅਤੇ ਬਾਕੀ ਗੇਅਰ ਲੀਵਰ ਤੁਸੀਂ ਦੇਖ ਸਕਦੇ, ਪਹਿਲਾਂ ਕਰੋ ਚੈੱਕ, ਮਤਲਬ ਜਿੰਨੇ ਵੀ ਕੰਮ ਕੀਤੇ ਹੋਏ ਆ ਨਿੱਕੇ ਨਿੱਕੇ ਰੀਝਾਂ ਦੇ ਨਾਲ ਕੀਤੇ ਹੋਏ ਆ, ਥੋੜ੍ਹਾ ਜਿਹਾ ਮਾਈਂਡ ਆਪਦਾ ਲਾਇਆ, ਅਤੇ ਬਾਕੀ ਬਣਾਉਣ ਵਾਲੇ ਭਰਾਵਾਂ ਨੇ ਸਾਰਿਆਂ ਨੇ ਵਧੀਆ ਕੀਤਾ ਕੰਮ, ਸਾਰਾ ਭਾਈ ਅਮਨਵੀਰ ਨੇ ਕੀਤਾ। ਠੀਕ ਹੈ ਜੀ, NW ਤੋਂ। ਠੀਕ ਹੈ ਵੀਰੇ, ਅਤੇ ਬਾਈ ਦਾ ਤੁਹਾਨੂੰ ਆਪਾਂ ਪਹਿਲਾਂ ਵੀ ਅਪਡੇਟ ਦੇਈ ਦੇਈ ਆ, ਅਤੇ ਉਹ ਜਾ ਕੇ ਤੁਸੀਂ ਵੀਡੀਓ ਚੈੱਕ ਕਰ ਸਕਦੇ, ਕਰੋਮ ਪੂਰੀ ਘੈਂਟ ਕਰਕੇ ਦਿੰਦਾ। ਅਤੇ ਬਾਕੀ ਜਿਹੜਾ ਸੀਟ ਕਵਰ ਆ ਭਾਜੀ, ਇਹ ਵੀ ਬਹੁਤ ਘੈਂਟ ਚੀਜ਼ ਆ, ਨਾਲੇ ਇੱਕ ਤਾਂ ਇੱਦਾਂ ਲੱਗਦਾ ਵੀ ਲੱਗਦਾ ਨਹੀਂ ਕਵਰ ਪਾਇਆ ਹੋਇਆ। ਅਸੀਂ ਪਹਿਲਾਂ ਵੀ ਮੈਂ ਕਮਲ ਭਾਈ ਦੀ ਕੱਲ੍ਹ ਵੀਡੀਓ ਕੀਤੀ ਸੀਗੀ, ਅਤੇ ਮੈਂ ਉਹਦੇ ਵਿੱਚ ਵੀ ਦੱਸਿਆ ਸੀ ਕਿ ਸੀਟ ਕਵਰ ਦੀ ਬਹੁਤ ਡਿਮਾਂਡ ਆਈ, ਕਿਉਂਕਿ ਸੋਹਣਾ ਬਹੁਤ ਲੱਗਦਾ ਪਾਇਆ ਹੋਇਆ ਨਾ, ਬਈ ਉੱਚਾ ਜਿਹਾ ਬੰਦਾ, ਕੰਫਰਟੇਬਲ ਹੋ ਜਾਂਦਾ, ਨਾਲੇ ਉੱਚੀ ਹੋ ਜਾਂਦੀ ਸੀਟ। ਅਤੇ ਬਾਕੀ ਜਿਹੜੇ ਫੈਂਡਰ ਵਗੈਰਾ ਉਹ ਵੀ ਬਲੈਕ ਵਿੱਚ ਹੀ ਆ ਸਾਰੇ, ਇਹ ਵੀ ਸਾਰਾ ਕਲਰ ਹੀ ਆ, ਤੁਸੀਂ ਦੇਖ ਸਕਦੇ ਅੰਦਰਲੀ ਸਾਈਡ ਤੋਂ ਵੀ। ਠੀਕ ਹੈ ਜੀ, ਅਤੇ ਲਾਈਟਿੰਗ ਕੀਤੀ ਹੋਈ। ਅਤੇ ਵੀਰੇ ਜਿਹੜੇ ਹੁਣ ਆਪਾਂ ਮਗਰਲੇ ਟਾਇਰਾਂ ਦੀ ਗੱਲ ਕਰਦੇ, ਰੇਡੀਅਲ ਟਾਇਰ ਕਿਹੜਾ ਬ੍ਰਾਂਡ ਪਾਇਆ ਆਪਾਂ, ਨੰਬਰ ਜਿੱਦਾਂ ਮਤਲਬ ਪਹਿਲਾਂ ਵਾਲਾ ਹੀ ਆ ਸੇਮ ਹੀ? ਹਾਂਜੀ, ਨੰਬਰ
ਉਹਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਝੋਲ ਮਾਰਨ ਦੇ ਨਾਲ ਨਾਲ। ਤੇ ਰੇਡੀਅਲ ਟਾਇਰ ਦੀ ਜਿਹੜੀ ਕੋਸਟ ਆ ਉਹ ਯਾਦ ਨਹੀਂ ਗੀ ਵੈਸੇ, ਮਤਲਬ ਆਈਡੀਆ 65,000 ਦੇ ਹੋਣਗੇ ਕਿਉਂਕਿ ਗੁੱਡੀਅਰ ਦੇ ਆ, ਠੀਕ ਆ ਜੀ। ਅਤੇ ਇਸ ਕਰਕੇ ਬ੍ਰਾਂਡ ਵੀ ਬਹੁਤ ਘੈਂਟ ਆ। ਅਤੇ ਬਾਕੀ ਹੁਣ ਆਪਾਂ ਚੱਲਦੇ ਸਿਸਟਮ ਵਾਲੀ ਸਾਈਡ 'ਤੇ ਵੀਰੇ। ਹੁਣ ਆਪਾਂ ਮੇਨ ਚੀਜ਼ ਸਭ ਤੋਂ ਪਹਿਲਾਂ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਿੱਕਰ ਹੀ ਸ਼ੁਰੂ ਤੋਂ ਵਰਤਦੇ ਆਏ ਹਾਂ, ਹਾਂਜੀ, ਉਹਦਾ ਮੇਨ ਰੀਜ਼ਨ ਦੱਸ ਵੀ ਮਤਲਬ ਕਿੱਕਰ ਹੀ ਕਿਉਂ ਪਸੰਦ ਆਪਾਂ, ਕਿਉਂਕਿ ਸ਼ੁਰੂ ਤੋਂ ਸਭ ਉੱਪਰ ਆਪਾਂ ਕਿੱਕਰ ਹੀ ਲਾਇਆ ਹੋਇਆ ਇਹਦੇ 'ਤੇ। ਹਾਂਜੀ ਭਾਈ, ਬੈਟਰੀ ਘੱਟ ਪੈਂਦੇ ਇੱਦਾਂ, ਓਕੇ, ਵਧੀਆ ਚੱਲਦੇ ਆ, ਨਹੀਂ ਤਾਂ ਕੋਈ ਬਾਕੀ ਬੂਫਰ ਤਾਂ ਬੈਟਰੀਆਂ ਬਹੁਤ ਪੈਂਦੇ, ਕਰੰਟ ਪੂਰਾ ਹੁੰਦਾ ਨਹੀਂ, ਹਾਂਜੀ ਨਾ ਵੱਜਦੇ ਆ, ਕਿਉਂਕਿ ਮਤਲਬ ਆਪਣੇ 3 ਸਭ ਉੱਪਰ ਜਿਹੜੇ ਨੋਰਮਲ ਚੱਲਦੇ ਆ, ਜਾਂ ਹੋ ਗਿਆ ਰੋਕਫੋਰਡ ਜਾਂ ਪਾਈਨਰ, ਰੋਕਫੋਰਡ ਦਾ ਵੀ ਤੁੱਕੀ ਵੇਲ ਦਾ, ਹਾਂ ਹੈ ਨਾ, ਜਾਂ ਪਾਈਨਰ ਹੋ ਗਿਆ ਤਾਂ ਜਾਂ ਹੋ ਗਿਆ ਕਿੱਕਰ। ਅਤੇ ਮੇਨ ਚੀਜ਼ ਜਿਹੜਾ ਰੋਕਫੋਰਡ ਆ, ਉਹਨੂੰ ਕਰੰਟ ਬਹੁਤ ਜ਼ਿਆਦਾ ਚਾਹੀਦਾ। ਆਪਾਂ ਪਹਿਲਾਂ ਜਿਹੜੇ ਤੇਗਵੀਰ ਭਾਜੀ ਵਾਲੇ ਟਰੈਕਟਰ ਦੀ ਵੀਡੀਓ ਕੀਤੀ ਸੀਗੀ, ਸਿਸਟਮ ਵੱਜਦਾ ਬੇਸ਼ੱਕ, ਮਤਲਬ ਵਧੀਆ ਆ, ਵਧੀਆ ਬੇਸ ਹੁੰਦੀ ਆ, ਹਾਰਡ ਬੇਸ ਹੁੰਦੀ ਆ, ਪਰ ਚੱਕਰ ਇਹ ਪੈ ਜਾਂਦਾ ਵੀ ਉਹਨੂੰ ਕਰੰਟ ਪੂਰਾ ਕਰਨਾ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਜਿਹੜਾ ਭਰਾ ਕਹਿੰਦਾ ਕਿ ਮੈਂ ਕਿੱਕਰ ਯੂਜ਼ ਕਰਦਾ, ਘੱਟ ਆ ਰਿਹਾ ਮੈਂ ਸਾਥ, ਘੱਟ ਜਿਹੜੀ ਮਤਲਬ ਵਾਟ ਆ, ਅਤੇ ਇਸ ਕਰਕੇ ਕਰੰਟ ਵੀ ਜਿਹੜਾ ਘੱਟ ਯੂਜ਼ ਹੁੰਦਾ, ਅਤੇ ਨਾਲ ਦੀ ਨਾਲ ਬੈਕਅਪ ਵੀ ਰਹਿੰਦਾ। ਇਹ ਨਹੀਂ ਕਿ ਮਤਲਬ ਖੜ੍ਹੇ ਟਰੈਕਟਰ 'ਤੇ ਵੀ ਚੱਲਦਾ ਨਾ, ਵਧੀਆ ਚੱਲਦਾ, ਠੀਕ ਹੈ ਵੀਰੇ, ਠੀਕ ਆ। ਅਤੇ ਬਾਕੀ ਹੁਣ ਆਪਾਂ ਗੱਲਬਾਤ ਕਰਦੇ ਵੀਰੇ, ਕੁਛ ਪਤਾ ਵੀ ਕਿੰਨੇ ਆ ਰਹੇ ਵਗੈਰਾ ਆ, ਜਾਂ ਮਤਲਬ ਇਹ ਕਿੰਨੇ ਆ? 300 ਕੁ ਹੋਣਾ ਬਾਈ ਮੈਨੂੰ, ਠੀਕ ਹੈ ਵੀਰੇ। ਅਤੇ ਕਿੱਕਰ ਤੁਸੀਂ ਦੇਖ ਸਕਦੇ, ਵਾਈਟ ਸੀਰੀ ਲੱਗੀ ਹੋਈ ਆ ਫਰੰਟ ਸਾਈਡ 'ਤੇ ਕੋਂਪੋ, ਅਤੇ ਫਰੰਟ ਸਾਈਡ 'ਤੇ ਲੱਗੇ ਆ ਜੀ 8, ਅਤੇ ਥੱਲੇ ਵਾਲੇ ਸਾਈਡ 'ਤੇ ਮੋਨੋ ਕੋਈ ਲੱਗਾ? ਹਾਂਜੀ, ਮੋਨੋ ਲੱਗੇ ਵੀ। ਓਕੇ, ਆਪਾਂ ਕਿਹੜਾ ਕਿਹੜਾ ਮੋਨੋ ਜਿੱਦਾਂ ਇਹ 'ਚ ਜ਼ਿਆਦਾ ਯੂਜ਼ ਕੀਤਾ? ਮੋਬਾਈਲ ਆਡੀਓ 2 ਭਾਜੀ, ਓਕੇ, ਅਤੇ 2 ਇੰਟਰਫਾਇਰ ਦੇ ਆ, ਠੀਕ ਆ, ਅਤੇ 1 ਭਾਜੀ 1 ਮਿੰਟ ਦਾ ਵੀਟੈਕ ਦਾ, ਠੀਕ ਹੈ, 1 ਵੀਟੈਕ ਦਾ। ਕਰੋ ਚੈੱਕ ਇੱਧਰਲੀ ਸਾਈਡ 'ਤੇ ਮੋਬਾਈਲ ਆਡੀਓ, ਠੀਕ ਆ, ਅਤੇ ਬੈਕ ਸਾਈਡ 'ਤੇ ਆਪਾਂ ਦਿਖਾਉਂਦੇ ਤੁਹਾਨੂੰ। ਅਤੇ ਜਿੱਦਾਂ ਮਤਲਬ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਵੀ ਕਿੱਕਰ ਦਾ ਕਰੇਜ਼ ਜਿਹੜਾ ਉਹ ਭਰਾ ਨੇ ਸ਼ੁਰੂ ਕੀਤਾ ਸੀ, ਕਿਉਂਕਿ ਸ਼ੁਰੂ ਤੋਂ ਜਿਹੜਾ ਕਿੱਕਰ ਹੀ ਲੱਗਦਾ ਆਇਆ ਟਰੇਟਰ ਦੇ ਉੱਪਰ, ਅਤੇ ਉਦੋਂ ਤੋਂ ਹੀ ਇਹ ਮਤਲਬ ਇਹਦੀਆਂ ਰੀਲਾਂ ਜਿਹੜੀਆਂ ਵਾਇਰਲ ਹੋਈਆਂ ਹੋਈਆਂ ਵੀ ਕਿੱਕਰ ਹੀ। ਮੈਨੂੰ ਬਹੁਤ ਵੀਰ ਮਤਲਬ ਆਇਆ ਹੁਣ ਵੀ ਪੁੱਛਦੇ ਆ ਕਿ ਕਿੱਕਰ ਦਾ ਸਬਵੂਫਰ ਕਿਵੇਂ ਆ, ਪਰ ਮੈਂ ਖੁਦ ਮਤਲਬ ਯੂਜ਼ ਨਹੀਂ ਕੀਤਾ। ਬਾਕੀ ਆਪਾਂ ਭਰਾ ਨੂੰ ਪੁੱਛ ਲਾਂਗੇ, ਭਰਾ ਨੂੰ ਕਾਫੀ ਐਕਸਪੀਰੀਅੰਸ ਆ ਇਸ ਰਿਲੇਟਡ ਵੀ ਕਿਵੇਂ ਮਤਲਬ ਵਧੀਆ ਆ ਵੀਰੇ ਰੇਟ ਦੇ ਹਿਸਾਬ ਨਾਲ। ਵਧੀਆ ਭਾਈ, ਨਾ ਸੜਦੇ ਸੁੜਦੇ ਆ, ਠੀਕ ਆ, ਇੱਦਾਂ ਹੀ ਹੁੰਦਾ ਮਤਲਬ ਸਿੰਗਲ ਕੁਇਲ ਆ, ਸਿੰਗਲ ਕੁਇਲ ਛੇਤੀ ਸੜਦਾ ਹੀ ਸਬਵੂਫਰ, ਜਿਹੜਾ ਸੜੂਗਾ ਉਹ ਹਮੇਸ਼ਾ ਡਬਲ ਕੁਇਲ ਹੀ ਸੜੂਗਾ, ਪਾਈਨਰ ਤੇ ਜ਼ਿਆਦਾ, ਹਾਂ ਪਾਈਨਰ ਬਹੁਤ ਜ਼ਿਆਦਾ ਸੜਦਾ, ਇਹ ਵਾਕਿਆ ਹੀ ਗੱਲ ਸਹੀ ਆ। ਅਤੇ ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ ਸਬਵੂਫਰ, ਉੱਪਰਲੀ ਸਾਈਡ ਕਿੱਕਰ ਦੇ ਜਿਹੜੇ ਆ ਓਵਲ ਲੱਗੇ ਹੋਏ ਆ 4, ਅਤੇ ਜੱਟ ਲਾਈਵ ਦੀ ਬੈਚਿੰਗ ਅਤੇ ਆਟੋ ਲੈਂਡ। ਕਰੋ ਜੇ ਕਮਲ ਭਾਅ ਜੀ ਵੱਲੋਂ ਪੂਰਾ ਟਰੇਟਰ ਤਿਆਰ ਹੋਇਆ ਹੋਇਆ, ਅਤੇ ਉੱਪਰਲੀ ਸਾਈਡ 'ਤੇ ਤਸਵੀਰ ਲੱਗੀ ਦਾਦਾ ਜੀ, ਹਾਂਜੀ ਦਾਦਾ ਜੀ, ਠੀਕ ਹੈ ਜੀ। ਅਤੇ ਸਾਈਡਾਂ 'ਤੇ ਬੈਚਿੰਗ ਕੂਨਰ ਦੀ, ਅਤੇ ਥੱਲੇ ਵਾਲੀ ਸਾਈਡ 'ਤੇ ਵੀ ਕੋਈ ਹੈਗਾ ਭਾਈ? 15 ਇੰਚੀ ਇੱਕ, ਓਕੇ, 4 ਲੱਗਿਆ ਥੱਲੇ ਵਾਲੀ ਸਾਈਡ 'ਤੇ 15 ਇੰਚੀ। ਇਹ ਹੈਗਾ ਯੈਲੋ ਸੀਰੀ, ਇਹ ਮਤਲਬ ਹੋਣਗੇ ਮੇਰੇ ਸਾਹ ਨਾਲ 500-600 RMS ਦਾ ਸ਼ਾਇਦ ਹੈਗਾ ਇਹ ਸਬਵੂਫਰ, ਬਾਕੀ ਮੈਨੂੰ ਸ਼ੋਰ ਨਹੀਂ ਯਾਦ, ਆਪਾਂ ਤੁਸੀਂ ਦੇਖ ਵੀ ਸਕਦੇ ਗੂਗਲ 'ਤੇ ਜਾ ਕੇ। ਅਤੇ ਬੈਚਿੰਗ ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ, ਅਤੇ ਪੇਟੀ ਜਿੱਦਾਂ ਵੀਰੇ ਮਤਲਬ ਕਾਫੀ ਡਿਫਰੈਂਟ ਤਿਆਰ ਕਰ ਲਈ, ਕਿਉਂਕਿ ਅੱਜ ਕੱਲ੍ਹ ਮੈਂ ਦੇਖਿਆ ਵੀ ਟੇਪਰ ਕੋਈ ਨਹੀਂ ਬਣਾਉਂਦਾ, ਜਾਂ ਤਾਂ ਸਿੱਧੇ ਹੀ ਲੱਗਦੇ ਆ, ਹੈ ਨਾ, ਆਹ ਟੇਪਰ ਦਾ ਕਰਕੇ ਬਾਹਲੀ ਘੈਂਟ ਲੁੱਕ ਬੈਕ ਸਾਈਡ ਤੋਂ ਆ ਗਈ, ਨਾਲੇ ਆਪਣੀ ਫੋਟੋ ਲੱਗੀ ਰਹਿ ਗਈ ਉੱਪਰ, ਨਹੀਂ ਤਾਂ ਆਪਾਂ ਨੂੰ ਪਹਿਲਾਂ ਮੈਂ ਦੇਖਿਆ ਸੀਗਾ ਉਦੋਂ ਆਪਾਂ ਨੂੰ ਫੋਟੋ ਲਾਉਣੀ ਪੈਣੀ ਸੀ ਆਪਾਂ ਸਿੱਧੀ ਲਾਉਂਦੇ, ਹੈ ਨਾ, ਹਾਂ, ਆਹ ਚੀਜ਼ ਮਤਲਬ ਬਹੁਤ ਘੈਂਟ ਬਣੀ ਪੇਟੀ ਵੀ ਦੇਖੋ ਤੁਸੀਂ। ਅਤੇ ਉੱਪਰਲੀ ਸਾਈਡ 'ਤੇ ਰਿਫਲੈਕਟਰ ਲੱਗੇ ਆ, ਇਹ ਆਮ ਤੌਰ 'ਤੇ ਕਾਰਾਂ ਦੇ ਹੁੰਦੇ ਆ, ਅਤੇ ਤੁਸੀਂ ਲਾ ਸਕਦੇ ਟਰੈਕਟਰ ਦੇ ਉੱਪਰ, ਘੈਂਟ ਲੱਗਦੀ ਲੁੱਕੇ ਦੇ ਨਾਲ ਵੀ। ਅਤੇ ਇੱਧਰਲੀ ਸਾਈਡ 'ਤੇ ਜਿਹੜੀਆਂ 2 ਮੋਨੋ ਲੱਗੀਆਂ ਪੰਕ ਆਡੀਓ ਦੀ ਸਪੀਕਰ, ਅਤੇ ਬਾਕੀ ਹੁਣ ਆਪਾਂ ਰੂਫ ਵਾਲੀ ਗੱਲਬਾਤ ਕਰਦੇ ਹਾਂ ਅਤੇ ਸਪੀਕਰਾਂ ਲਈ ਦਿਖਾਉਂਦੇ ਹਾਂ। ਅਤੇ ਇੱਧਰਲੀ ਸਾਈਡ 'ਤੇ ਮੋਨੋ ਲੱਗੀ ਵੀਟੈਕ ਦੀ ਐਂਬਲੇਜ, ਅਤੇ ਬਹੁਤ ਮਤਲਬ ਖਤਰਨਾਕ ਮੋਨੋ ਆ, ਮੈਂ ਯੂਜ਼ ਕੀਤੀ ਹੋਈ ਇਹ, 4 ਸਬਵੂਫਰ ਜਿਹੜੇ ਡਬਲ ਕੁਇਲ ਚਲਾ ਦਿੰਦੀ ਹੈ, ਇੰਨੀ ਖਤਰਨਾਕ ਆ, ਅਤੇ ਪਰ ਕਰੰਟ ਬਹੁਤ ਲੈਂਦੀ ਹੈ ਵੀ। ਅਤੇ ਵੀਰੇ ਜਿਹੜੇ ਉੱਪਰਲੀ ਸਾਈਡ 'ਤੇ ਮਤਲਬ ਆਪਾਂ ਇਹ ਵੀ ਕਿੱਕਰ ਹੀ ਯੂਜ਼ ਕੀਤਾ, 2 ਜਿਹੜੇ ਓਵਲ ਆ ਅਤੇ 2 ਨੋਰਮਲ ਸਪੀਕਰ, ਠੀਕ ਆ। ਅਤੇ ਜਿਹੜੇ ਮਤਲਬ ਆਪਾਂ ਇੱਧਰ ਪਾਈਨਰ ਯੂਜ਼ ਕੀਤਾ ਹੈਲਮਟ ਸਪੀਕਰ, ਅਤੇ ਹੈਲਮਟ ਸਪੀਕਰ ਤਾਂ ਮਤਲਬ ਇੱਦਾਂ ਦੀ ਚੀਜ਼ ਆ ਵੀ ਜੇ ਕਿਸੇ ਤੋਂ ਸਾਂਭੀ ਪਈ ਹੋਵੇ ਤਾਂ ਉਹਦੇ ਕੋਲ ਹੀ ਆਊਗੀ, ਅੱਬਲ ਤਾਂ ਓਰੀਜਨਲ ਛੇਤੀ ਕਿਤੇ ਮਿਲਦਾ ਹੀ ਨਹੀਂ, ਕਈ ਜੋ ਮਰਜ਼ੀ ਵੀਰ ਕੋਈ ਜਾਵੇ, ਹੈ ਨਾ, ਜਿਹਨੇ ਖੁਦ ਸ਼ੁਰੂ ਤੋਂ ਚਲਾਇਆ ਹੋਵੇ ਉਹਦੇ ਕੋਲ ਹੋਊਗਾ ਓਰੀਜਨਲ, ਪਰ ਜਿਹੜੇ ਮਤਲਬ ਸੇਲ ਕਰਨ ਵਾਲੇ ਆ ਉਹਨਾਂ ਕੋਲ ਪੈਸੇ ਵੀ ਲਾਉਣ ਦਾ ਫਾਇਦਾ ਨਹੀਂ ਕੋਈ, ਪਤਾ ਨਹੀਂ ਹੁੰਦਾ ਰਿਪੇਅਰ ਕਰਕੇ ਦਿੰਦੇ, ਹੈ ਨਾ, ਅਤੇ ਉਹ ਸਾਊਂਡ ਵੀ ਨਹੀਂ ਆਉਣੀ। ਅਤੇ ਮੇਨ ਮਤਲਬ ਇੰਨੀ ਕੁ ਘੈਂਟ ਸਾਊਂਡ ਹੁੰਦੀ ਆ, ਕਿਉਂਕਿ ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿੱਦਾਂ ਆਪਾਂ ਕਹਿ ਦਈਏ TS-20 ਟਵਿੱਟਰ ਆਉਂਦੇ ਸੀ, ਉਹ ਇਨਬਿਲਟ ਹੀ ਆ ਇਹਦੇ ਵਿੱਚ, ਹੈ ਨਾ, ਇੰਨੀ ਘੈਂਟ ਸਾਊਂਡ ਆ ਇਹਦੀ। ਅਤੇ ਬਾਕੀ ਰੂਫ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ, ਠੀਕ ਹੈ ਜੀ, ਕਰਾਊਨ ਬਣਿਆ ਉਦੋਂ ਉੱਪਰ ਇਹ ਡਿਜ਼ਾਈਨ ਲੱਗਾ ਹੋਇਆ। ਅਤੇ ਵੀਰੇ ਪਲੇਅਰ ਮਤਲਬ ਆਪਾਂ ਜਿਹੜਾ ਨੋਰਮਲ ਯੂਜ਼ ਕੀਤਾ, ਕਿਉਂਕਿ ਇਹਦੀ ਆਊਟਪੁੱਟ ਘੈਂਟ ਹੁੰਦੀ ਆ, JVC ਦਾ ਵੀ, ਓਕੇ, ਨਹੀਂ ਮਤਲਬ ਜਿਹਦਾ ਟੱਚ ਵਗੈਰਾ ਨਹੀਂ ਆਪਾਂ ਯੂਜ਼ ਕੀਤਾ, ਕਿਉਂਕਿ ਇਹਦੀ ਆਊਟਪੁੱਟ ਵੀ ਸਹੀ ਨਹੀਂ ਹੁੰਦੀ, ਹੈ ਨਾ, ਉਹਦੇ ਵਿੱਚ, ਅਤੇ ਇਹਦੀ ਆਊਟਪੁੱਟ ਜਿਹੜੀ ਆ ਇਹ ਪੂਰੀ ਘੈਂਟ ਹੁੰਦੀ ਆ, ਕਿਉਂਕਿ ਇਹ ਕੁਆਲਿਟੀ ਦਿੰਦਾ ਆ। ਜਿਹੜੇ ਟੱਚ ਪਲੇਅਰ ਹੁੰਦੇ ਉਹ ਮੇਰੇ ਵੀਰੇ ਜਿਹੜੀ ਕੁਆਲਿਟੀ ਨਹੀਂ ਦਿੰਦੇ, ਉਹ ਚ ਪੈਸਾ, ਹਾਂ, ਗੱਡੀਆਂ
ਉਹ ਜਾਂ ਤਾਂ ਨਾਲ ਦੀ ਨਾਲ ਇਦਾਂ ਦਾ ਪਲੇਅਰ ਇੱਕ ਅਲੱਗ ਐਡ ਕਰ ਲਿਆ ਕਰੋ ਤੇ ਜਾਂ ਫਿਰ ਮਤਲਬ ਲਾਇਆ ਹੀ ਇਹ ਕਰੋ। ਟੱਚ ਵਾਲੇ ਦਾ ਜਿਹੜਾ ਉਹ ਥੋੜਾ ਪੰਗਾ ਹੀ ਰਹਿੰਦਾ, ਉਹਦੀ ਕੁਆਲਿਟੀ ਇੰਨੀ ਘੈਂਟ ਨਹੀਂ ਹੁੰਦੀ। ਤੇ ਵੀਰੇ ਰੂਫ ਦਾ ਕੀ ਖਰਚਾ ਆ ਗਿਆ ਸੀਗਾ ਆਪਣਾ? ਰੂਫ ਦਾ ਭਾਜੀ ਕੁਝ ਯਾਦ ਨਹੀਂ। ਓਕੇ, ਤੇ ਸਿਸਟਮ ਦਾ ਅਰਾਊਂਡ ਮਤਲਬ ਵੈਸੇ ਅਰਾਊਂਡ ਕਿੰਨਾ ਕੁ? ਫਿਰ ਵੀ ਆਟੋਲੈਂਡ ਵਾਲੇ ਭਾਈ ਨੂੰ ਪਤਾ, ਕਮਲ ਭਾਈ ਨੂੰ ਪਤਾ, ਤੇ ਬਾਕੀ ਮਤਲਬ ਜਿਹੜਾ ਨਹੀਂ ਇਹਦਾ ਹੈਗਾ ਨਾ ਆਈਡੀਆ? ਨਹੀਂ ਹੈ ਨਹੀਂ ਭਾਈ, ਆਈਡੀਆ ਕਮਲ ਭਾਈ ਨੂੰ ਪੁੱਛ ਸਕਦੇ, ਇਹਨੇ ਪੁੱਛਣਾ ਹੋਵੇ। ਠੀਕ ਆ, ਕਮਲ ਭਾਈ ਦਾ ਆਪਾਂ ਨੰਬਰ ਪਾ ਦਾਂਗੇ, ਤੁਸੀਂ ਕਮਲ ਭਾਈ ਨੂੰ ਕੰਟੈਕਟ ਕਰ ਲਿਓ ਅਤੇ ਉਹਦੇ ਕੋਲੋਂ ਡਿਟੇਲ ਲੈ ਸਕਦੇ ਵੀ ਕਿੰਨਾ ਕੁ ਸਿਸਟਮ ਦਾ ਜਿਹੜਾ ਖਰਚਾ ਇਹਦਾ ਆ ਚੁੱਕਾ ਆ। ਅਤੇ ਬਾਕੀ ਫਰੰਟ ਸਾਈਡ 'ਤੇ ਜਿਹੜੀ ਡਿਸਪਲੇ ਲੱਗੀ ਵੀਰੇ, ਮਲਟੀ ਕਲਰ ਵਾਲੀ ਜਾਂ ਨੋਰਮਲ? ਮਲਟੀ ਕਲਰ ਵਾਲੀ ਆ, ਹੈ ਨਾ? ਠੀਕ ਹੈ ਵੀਰੇ। ਅਤੇ ਇਹ ਕੋਸਟ ਹੁੰਦੀ ਇਹਦੀ ਮੇਰੇ ਹਿਸਾਬ ਨਾਲ 5500 ਦੇ ਇਰਡ ਗਿਰਡ, 5000-5500 ਦੀ ਹੁੰਦੀ ਹੈ ਨਾ? ਠੀਕ ਹੈ ਵੀਰੇ, ਠੀਕ ਆ। ਅਤੇ ਫਰੰਟ ਸਾਈਡ 'ਤੇ ਬਲਿੰਗਰ ਇੱਕ ਹੋਰ ਲੱਗਾ ਹੋਇਆ ਉੱਪਰਲੀ ਸਾਈਡ 'ਤੇ, ਅਤੇ ਬਹੁਤ ਘੈਂਟ ਟਰੈਕਟਰ ਆ। ਤੁਹਾਡੇ ਸਾਰੇ ਭਰਾਵਾਂ ਦੀ ਡਿਮਾਂਡ ਸੀਗੀ ਕਿ ਕੂਨਰ ਵੀਰ ਦੇ ਟਰੈਕਟਰ ਦੀ ਵੀਡੀਓ ਜ਼ਰੂਰ ਕਰੋ, ਅਤੇ ਇਸੇ ਕਰਕੇ ਆਪਾਂ ਤੁਹਾਡੀ ਡਿਮਾਂਡ 'ਤੇ ਜਿਹੜੀ ਵੀਡੀਓ ਲੈ ਕੇ ਆਏ ਹਾਂ। ਉਮੀਦ ਕਰਦੇ ਕਿ ਤੁਹਾਨੂੰ ਵੀ ਵੀਡੀਓ ਜਿਹੜੀ ਘੈਂਟ ਲੱਗੀ ਹੋਊਗੀ, ਅਤੇ ਜੇ ਘੈਂਟ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਮੇਰੇ ਵੀਰ ਜ਼ਰੂਰ ਕਰਿਓ, ਅਤੇ ਚੈਨਲ 'ਤੇ ਕੋਈ ਭਰਾ ਨਵਾਂ ਆਇਆ ਵੀਰ ਚੈਨਲ ਸਬਸਕ੍ਰਾਈਬ ਜ਼ਰੂਰ ਕਰੇ, ਅਤੇ ਬਾਕੀ NCS ਦਾ ਮਿਊਜ਼ਿਕ ਇੰਜੋਏ ਕਰੋ। ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਵੀਡੀਓ ਦੇਖ ਸਕਦੇ। ਥੈਂਕ ਯੂ ਜੀ।